सरसर कर रहे हैं। काल दे दीवान कीता से धीर मल मल मजा जा देव बहादुर बादशाह से आते समान मान के ले गए। माता नानकी दिया ने इस गल गल दा कीता है अते गुरु तेग बहादुर महाराज आख्या सतगुरु सुते चुप करके बैठे हो कोई प्रतिकर्म क्यों नहीं दंदे। गुरु तेग बहादुर महाराज जी कहन लगे माता जी अकाल पुरख दा हुक्म हो जान कि उदी रजा विच राजी रहो। ਜਿਹੜੇ ਲੋਕ ਰੱਬ ਦੇ ਦਿੱਤੇ ਯੋਗ ਕਰਕੇ ਹੰਕਾਰ ਕਰ ਬੈਠਦੇ ਨੇ ਤੇ ਹਾਰੀ ਦੇ ਨਾਸ ਦਾ ਕਾਰਨ ਬਣਦਾ। ਜਿਹੜੇ ਲੋਕ ਸਾਡੇ ਘਰ ਦੇ ਘਰ ਸੰਤ ਵਾਸਤੇ ਜਾਂ ਮੌਤ ਵਾਸਤੇ ਆਏ ਆਏ ਸਮਾਂ ਇੰਨਾ ਬਾਣਾ ਹੈ ਕਿ ਸਮਾਂ ਆਵੇਗਾ ਇਹ ਆ ਕੇ ਤੁਹਾਡੇ ਚਰਨਾਂ ਨੂੰ ਫੜ ਕੇ ਮਾਫੀ ਮੰਗਣ। ऐसे बचे बचे हमने कुछ लाल क्यों ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਭਾਵਨਾ ਨੂੰ ਪੂਰਾ ਕਰਦੇ ਨੇ ਜਿਵੇਂ ਬਣ ਬਣ ਸ਼ਾਹੂਕਾਰ ਮੈਂ ਤੁਹਾਡੇ ਹੱਥੇ ਨਾਲ ਨਾਲ ਉਦੋਂ ਮੱਤਾ ਦਾ ਮੇਰਾ ਨਾਮ ਲੈ ਕੇ ਤੇ ਭਾਈ ਭਾਈ ਹੀਰਾ ਲਗੇ ਲਗੀ ਅੱਲਾ ਪਾਕ ਤੇ ਜਦੋਂ ਮੱਥਾ ਟੇਕਿਆ ਕਿ ਆਪ ਸ਼ਾਹੂਕਾਰ ਨੇ ਤੇ ਮਹਾਰਾਜ ਨੇ ਆਖਿਆ ਨਾਮ ਮਾਨ ਸੋਖਾ ਪਰ ਮਾਨ ਸੋਖਾ ਹੈ ਕੋਈ ਹੁਣ ਇੱਛਾ ਦੀ ਉਹਦੀ ਨਹੀਂ ਮੈਂ ਮੰਨਾ ਗਾ ਜਿਹਦੇ ਤੇਰੇ ਮਨ ਦੀ ਗੱਲ ਬਣ ਰਹਿੰਦੀ ਇਹੋ ਇਹੋ ਇੱਛਾ ਵਿਸ਼ਾਲ ਬਣ ਲੈਂਦੀ ਉਹ ਨਹੀਂ ਲੱਗਾ ਮੇਰਾ 500 ਮੋੜ ਜਿਹੜੀ ਵਾਸਤੇ ਇਕੱਠੀ ਕਰਦੀ ਹੈ ਉਹਨੂੰ ਜਿਵਾਂ ਦਾ ਜਿਹੜਾ ਮੇਰਾ ਉਹਦਾ ਵੀ ਯਾਦ ਆਵੇ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਲਿਆ ਮਾਤਾ ਜੀ ਅਸੀਂ ਪੈਸੇ ਲੈਣ ਵਾਸਤੇ ਨਹੀਂ ਯਾਦ ਕਰਵਾਇਆ ਅਸੀਂ ਕੇਵਲ ਉਹਦੀ ਸ਼ਰਧਾ ਦਾ ਬੰਦ ਆਇਆ ਉਹਦੀ ਭਾਵਨਾ ਪੂਰੀ ਹੋਣੀ ਚਾਹੀਦੀ ਹੈ ਨਹੀਂ ਹੰਕਾਰਨ ਦੇ ਰਹੇ ਅਤੇ ਅਸੀਂ दोष ना कोई ਕਸ਼ਟ
ਸਮਰੱਥ ਵਿਹੀਨ ਸਮਰੱਥਾ ਤੋਂ ਖਾਲੀ ਹਾਂ।
ਗੁਰੂ ਅਵਗਿਆ ਦੇਖਣ ਖਲੀ ਕੋਈ ਸੰਗਤਾਂ ਪਛਤਾ ਰਹੀਆਂ ਰਹੀਆਂ ਪੈ ਲੱਗੀਆਂ ਸਾਡਾ ਦਿੱਤਾ ਧਿਆਨ ਘਰ ਹੈ ਅਸੀਂ ਇਸੀ ਇਸੀ ਆਏ ਆਏ ਗੁਰੂ ਦਰਸ਼ਨ ਕਰਨ ਕਰਨਾ ਸਾਨੂੰ ਪੂਰਾ ਪੂਰਾ ਮਿਲ ਵੀ ਗਿਆ ਪਾਤਸ਼ਾਹ ਦੇ ਵਿੱਚ ਪਰ ਸਾਡੇ ਗੁਰੂ ਦੇ ਉੱਤੇ ਚਲਾ ਚਲਾ ਸਮਾਨ ਮਾਨ ਕੇ ਲੈ ਗਏ ਇਹੋ ਜਿਹਾ ਦ੍ਰਿਸ਼ ਅਸੀਂ ਦੇ ਨਾਲ ਵੇਖਿਆ ਹੈ ਤੈ ਸਮੀਪ ਮਾਨਵ ਸਮਝਾਏ ਤੇ ਕਹਿਣ ਲੱਗੇ ਵੀ ਇਹ ਵੀ ਕਦੀ ਕਰੂ ਤੇ ਕੋਈ ਬਹੁਤੇ ਹੋਤੇ ਪੀਰ ਮਲ ਹਮ ਵਸਨੇ ਆਏ ਤੇ ਕੁਝ ਸੰਗਤਾਂ ਗਿਆ ਵੀ ਸਾਡੇ ਸੰਸਾਰ ਦੇ ਸਾਡਾ ਵੀ ਸਾਡੇ ਗੁਰੂ ਦੇ ਘਰ ਵਿੱਚ ਆ ਕੇ ਅੱਗੇ ਲੈ ਕੇ ਗਿਆ ਪਰ ਸਾਡਾ ਜੋਰ ਨਹੀਂ ਚੱਲਦਾ ਕਿਉਂਕਿ ਤੀਰ ਮਲ ਦੇ ਬੰਦੇ ਬੰਦੇ ਜ਼ਿਆਦਾ ਉਹਦੇ ਕੋਲ ਹਥਿਆਰ ਜ਼ਿਆਦਾ ਨੇ ਉਹਦੇ ਕੋਲ ਬੰਦਿਆਂ ਦੀ ਆਦੀ ਬਹੁਤ ਜ਼ਿਆਦਾ ਸਾਡਾ ਉਹਦੇ ਅੱਗੇ ਜੋਰ ਨਹੀਂ ਚੱਲਦਾ ਮੱਖਣ ਸਾਥ ਪੰਜ ਸੈ ਨਰ ਕਹਿਣ ਲੱਗੇ ਕੋਈ ਗੱਲ ਨਹੀਂ ਆਪਣਾ ਯੋਗ ਨਹੀਂ ਚੱਲਦਾ ਤੇ ਆਪਣੇ ਕੋਲ ਮੱਖਣ ਸਾਥ ਆਇਆ ਨਾਲੇ ਨਾਲੇ ਦੇਵ ਭਾਤਾ ਦਾ ਸਿੱਖ ਹੀ ਹੈ ਉਹਦੇ ਉਹਦੇ ਕੋਲ 500 ਸੰਗਤ ਨੇ ਸਲਾਹ ਲਾ ਕੇ ਦੋ ਸਿੱਖਾਂ ਦੀ ਲਾਈ ਲਾਈ ਕਹਿ ਲਗੇ ਲਗੇ ਵੀ ਦੋਨੇ ਜਾਣੇ ਦੌੜ ਦੌੜ ਜਾਓ ਜਾਓ ਸ਼ਾਹ ਦੇ ਉਹਨੂੰ ਜਾ ਜਾ ਕੇ ਵੀ ਅੱਜ ਇਹ ਕੁਝ ਹੋਇਆ ਹੈ ਤੋ ਵਹਿਰ ਜੋ ਜਿਸ ਥੌਰੇ ਜਿਸ ਥਾਂ ਤੇ ਪਛਾਣ ਦਾ ਡੇਰਾ ਡੇਰਾ ਸੱਜ ਕੇ ਬਾਰ 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 ਲਾ ਕੇ ਜਿੱਥੇ ਬੈਠਾ ਸੀ ਦੋ ਸਿੱਖ ਦੌੜ ਕੇ ਇਹਦੇ ਡੇਰੇ ਵਿੱਚ ਪਹੁੰਚੇ ਜਾਏ ਤਾਂ ਸੁਣ ਸਕਲ ਬਤਾਏ ਜਾ ਕੇ ਨਾਨਾ ਸਿੱਖਾਂ ਦੇ ਸਾਰੇ ਸਾਰੇ ਦੱਸਤੀ ਕਹਿਣ ਲੱਗਾ ਜੀ ਬਾਜੀ ਪਛਾਣ ਜੀ ਤੁਸੀਂ ਤੇ ਗੁਰੂ ਨੂੰ ਪ੍ਰਗਟ ਕੀਤਾ ਤੁਸੀਂ ਤੇ ਆਪੇ ਆਪੇ ਦਸਾਂ ਦੀ ਕਮਾਈ ਮਾਈ ਭੇਟੀ ਹੈ ਪਰ ਧੀਰ ਮਲ ਸਾਡੀ ਮਾਇਆ ਵੀ ਲੈ ਗਿਆ ਸਮਾਨ ਮਾਨ ਵੀ ਲੈ ਗਿਆ ਇਹਨਾਂ ਦੋਹਾਂ ਦੋਹਾਂ ਸਾਨੂੰ ਦੱਸਦਾ ਸਾ ਹੈ ਜਥਾ ਧੀਰ ਮਲ ਕੇ ਜਬਰਾਈ ਮਲ ਮਲ ਜ਼ਬਰਦਸਤੀ ਕੀਤੀ ਜਿਵੇਂ ਜਿਵੇਂ ਵਾਦਾ ਕੀਤਾ ਦਾ ਮਾਰੇ ਮਾਰੇ ਬੋਲ ਬੋਲੇ ਜਿਵੇਂ ਜਿਵੇਂ ਕਾਂ ਕਾਂ ਵਿੱਚ ਦੁਨੀਆਂ ਚਲਾਈਆਂ ਉਹ ਸਾਰੀ ਗਰੀ ਗੱਲ ਦੱਸਦੀ ਹੈ ਦੋਹਰਾ ਓਡੇ ਉਹ ਤੋਂ ਪ੍ਰਿਯੰਕ ਮਨ ਮੱਖਣ ਸਿੱਖ ਵਿਸਾਲ ਕਵੀ ਸਹੀ 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 ਲਿਖਦੇ ਜਦੋਂ ਜਦੋਂ ਸੇ ਸੋੜ ਦੇ ਗਏ ਨਾ ਦਸ ਨਵਾਸ ਵਿੱਚ ਮੱਖਣ ਸ਼ਾਹ ਮਿਲੇ ਆਪਣੇ ਆਪਣ ਕੇ ਤੇ ਲੰਮਾ ਪਿਆ ਪਿਆ ਲੰਮੇ ਪੈਰ ਪੈਰ ਦੇਖਿਆ ਵੀ ਬਾਰ ਬਾਰ ਦੀ ਆਵਾਜ਼ ਆ ਰਹੀ ਹੈ ਤੇ ਆਪੇ ਆਪ ਸਿਪਾਹੀ ਭਾਈ ਭੇਜਿਆ ਲੱਗਾ ਲੱਗਾ ਬਾਰ ਬਾਰ ਗੱਲ ਹੈ ਉਹਨੇ ਦੱਸਿਆ ਕਿ ਦੋ ਸਿੰਘ ਆਏ ਨੇ ਉਹਨਾਂ ਨੂੰ ਸਾਥ ਛੱਡਿਆ ਹੋਇਆ ਹੈ ਬੜਾ ਬੜਾ ਉੱਚੀ ਬੋਲਦੇ ਪੈ ਪੈ ਮੱਖਣ ਸ਼ਾਹ ਨੇ ਆਖਿਆ ਲੈ ਕੇ ਆਓ ਮੇਰੇ ਮੂਲ ਮੂਲ ਸਿੱਖਾਂ ਖਾਂ ਨੂੰ ਬੁਲਾ ਲਾ ਕੇ ਉਸ ਵੇਲੇ ਮੱਖਣ ਸ਼ਾਹ ਨੇ ਸਾਰੀ ਗੱਲ ਸੁਣਾਈ ਉੱਚੇ ਬਾਗ ਪੁਕਾਰ ਤੇ ਪਹੁੰਚੇ ਸੋ ਤਤਕਾਲ ਕਹਿਣ ਲੱਗੇ ਜਦੋਂ ਜਦੋਂ ਮੱਖਣ ਸ਼ਾਹ ਲੱਭਿਆ ਪਿਆ ਤੇ ਜਿਹੜੇ ਸਿੱਖ ਸਨ ਉੱਚੀ ਉੱਚੀ ਬੋਲਦੇ ਹੋਏ ਮੱਖਣ ਸ਼ਾਹ ਬਹੁਤ ਵੱਡੀ ਰੁਕਾਵਟ ਪਾ ਗਈ ਹੈ ਜੋ ਤੈਨ ਦਰ ਵਜਾਏ ਹਰ ਪਾਵਾ ਜਿਹੜੀ 500
ਰੱਖਿਆ ਸੁਖੀ ਸਭ ਕਰੀ ਆਪਣੇ ਆਪਣੇ ਰੱਖਿਆ ਗਿਆ ਜੀ
ਲਈ ਹੈ ਜਿਵੇਂ ਸ਼ੇਰਨੀ ਆਪਣੇ ਆਪਣੇ ਬੱਚੇ ਪਾਲਦੀ ਹੈ ਅਤੇ ਬਾਕੀ ਦੇ ਲੋਕਾਂ ਤੋਂ ਬਚਾ ਚਾ ਕੇ ਰਹੀ ਹੈ ਇਸ ਤਰ੍ਹਾਂ ਮਾਤਾ ਮਾਤਾ ਨਾਨੀਆਂ ਨੇ ਅਜਾ ਅਜਾ ਪੰਜਾਬ ਦੀ ਰੱਖਿਆ ਕੀਤੀ ਹੈ ਜਬ ਲੋ ਢਿੱਗ ਤਬ ਲੋ ਤਹਿਖਰੀ ਜਿੰਨਾ ਚਿਰ ਮਸਾਂ ਦੇ ਮਸਾਂਸੇ ਬੰਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਘਰ ਘਰ ਰੁਕੇ ਰਹੇ ਉਹਨਾਂ ਜਿਹਨਾਂ ਦੀ ਦਾਦਾ ਦਾਦੀ ਵੀ ਆਪਣੇ 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 ਕੋਲ ਹੈ ਚੰਗੀ ਤਰ੍ਹਾਂ ਆਪਣਾ ਤੇ ਰਹਿ ਰਹਿ ਪੈਰ ਵੀ ਅੱਛੇ 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 ਇਸ ਤਰ੍ਹਾਂ ਉਹਨਾਂ ਨੇ ਆਪਣੇ ਆਪਣੇ ਨੂੰ ਬਚਾਇਆ ਸਭ ਵਸਤੂ ਲੈ ਕਰ ਅਰਮਨ ਤੇ ਗੁਰੂ ਘਰ ਦੀਆਂ ਸਾਰੀਆਂ ਵਸਤੂਆਂ ਲੋਟੇ ਚੁੱਟੇ ਕੇ ਲੈ ਗਏ ਔਰ ਬਹੁਤ ਜ਼ਿਆਦਾ ਜ਼ਿਆਦਾ ਵਾਲੇ ਵਾਲੇ ਨੱਚ ਨਾ ਗਿਆ ਗਏ ਨਿਰਭੈ ਹੋਏ ਆਪਣੇ ਥਾਨਾ ਤੇ ਉਹ ਕਰਦੇ ਸੀ ਕਿਸੇ ਬੜੀ ਬੜੀ ਨਾਲ ਨਾਲ ਘਰ ਕਰਿਆ ਬੜੀ ਬੋਝ ਨਾਲ ਸਮਾਨ ਚੁੱਕਿਆ ਬੜੀ ਬੋਝ ਨਾਲ ਹੌਲੀ ਹੌਲੀ ਹੋਇਆ ਉਹਨਾਂ ਨੂੰ ਕੋਈ ਡਰ ਨਹੀਂ ਹੈ ਐਸਾ ਉਹਨਾਂ ਨੇ ਆਪਣੇ ਘਰ ਵਿੱਚ ਵਾਦਾ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬੜੇ ਘਰ ਸੁਖ ਵੀ ਦੇਸ਼ ਦੇ ਬਸ ਹੈ ਬਸ ਇਸ ਦੇਸ਼ ਦੇ ਵਿੱਚ ਬਸ ਆ ਸਕਦਾ ਹੈ।
ਛੀਨੈ ਨਿਗਲ ਸਬਲ ਹੁਲਾ ਮਮ ਸਤਿਗੁਰ ਤੋਂ ਨਿਰਵਲ ਨਾਹੀ ਸਗਰੀ ਅਮਲੀਕੋ ਪਤਹੋਂ ਇਸ ਜੈਸੇ ਦੀ ਗਿਣਤੀ ਕੌਣ ਗੱਲ ਗੱਲ ਕਰਵੇ ਤੇ ਕਹੋ ਨਾਲ ਨਾਲ ਸਾਡੇ ਕੋਲ ਬਲ ਨਹੀਂ ਰਹਿ ਗਿਆ ਅਸੀਂ ਬੰਦਨਾ ਵਿੱਚ ਬੰਨੇ ਹੋਏ ਸਾਨੂੰ ਸੰਗਲਾ ਦੇ ਨਾਲ ਲੋਹੇ ਦੇ ਨਾਲ ਆਲੋ ਜੀਵ ਨੇ ਬੰਨਿਆ ਸਾਡੇ ਸਾਡੇ ਹੋਈ ਹੋਈ ਨੇ ਅਸਲ ਵਿੱਚ ਮਹਾਰਾਜ ਪਾਲ ਕਰਨੀ ਚਾਹੁੰਦੇ ਸੀ ਸਾਡੀਆਂ ਸਿਆਸਾਂ ਔਰ ਸਾਡਾ ਪੁੱਤ ਸਾਨੂੰ ਕਿਸ ਰਿਸ ਦੇ ਵਿੱਚ ਵਿਖਦਾ ਪਤਾ ਕੀ ਸਾਨੂੰ ਦਾ ਕਿ ਦਸਵੇਂ ਪਾਤਸ਼ਾਹ ਮਹਾਰਾਜ ਨੇ ਫਿਰ ਜਵਾਬ ਦਿੱਤਾ ਕਹਿ ਲਗੇ ਬਲ ਬਲ ਵਾ ਬੰਧਨ ਛੁੱਟੇ ਸਭ 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 ਤੇ ਉਪਾਏ ਨਾਨਕ ਸਭ ਸਭ ਤੁਮਰੇ ਹੈ ਹੈ ਤੁਮ ਹੀ ਹੋਤ ਸਹਾਈ ਬਈ ਬਗੈ ਕਿ ਨਾ ਨੀ ਦੱਸਿਆ ਪਿਤਾ ਜੀ ਅਸੀਂ ਤੁਹਾਨੂੰ ਅਕਲ ਸੰਸਾਰੀ ਪਿਤਾ ਤੁਸੀਂ ਤੇ ਆਪਣੇ ਆਪ ਦੀ ਸਹਾਇਤਾ ਕਰਨਾ ਵਾਸਤੇ ਹਰ ਸਰ ਦੇ ਉੱਤੇ ਚਾਹੁੰਦੇ ਹੋ ਤੁਹਾਨੂੰ ਕੌਣ ਕੌਣ ਸਹਾਇਤਾ ਤੋਂ ਲੱਗਦਾ ਤੁਹਾਨੂੰ ਕੌਣ ਕੌਣ ਨਾਮ ਦੇ ਪਾਸ ਇਹ ਬਚਨ ਦਸਵੇਂ ਪਾਤਸ਼ਾਹ ਨੇ ਕਹਿ ਕੇ ਇਹ ਦੱਸਿਆ ਅਸੀਂ ਆਮ ਸੰਸਾਰੀ ਨਹੀਂ ਨਹੀਂ ਤਾਰ ਸੰਸੇ ਆ ਬਲ ਬਲ ਵਾਹ ਬੰਧਨ ਛੁਟੇ ਸਭ 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 ਤੇ ਉਪਾਏ ਤੁਸੀਂ ਜੋ ਚਾਹੋ ਕਰ ਸਕਦੇ ਹੋ ਪਰ ਇਹ ਤੁਸੀਂ ਇੱਕ ਇੱਕ ਦੀ ਲੀਲਾ ਕਰਦੇ ਪਏ ਕੌਤਕ ਕਰਦੇ ਪਏ ਜਾਨ ਜਾਨ ਦੇ ਤੁਸੀਂ ਪਿੰਦਰੇ ਵਿੱਚ ਆਪ ਆਪ ਤਾਰ ਲਾਏ ਹੋਏ ਹੋ ਜਾਨ ਜਾਨ ਦੇ ਬਲੀਦਾਨ ਦਿੰਦੇ ਪਏ ਜੇ ਤੁਸੀਂ ਚਾਹੋ ਅੱਖ ਅੱਖ ਦੇ ਸੰਦੇ ਵਿੱਚ ਸਭ ਕੁਝ ਕਰ ਸਕਦੇ ਹੋ ਪਰ ਲੁੱਟ ਮਚਾਈ ਜਿਹੜੇ ਕੇ ਸਾਹਿਬ ਆਪਣਾ ਆਪਣਾ ਮਹਾਰਾਜ ਭੇਟ 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 ਭੇਟ
ਭਾਵੇਂ ਕਿ ਮਹਾਰਾਜਾਂ ਦੇ ਅੰਦਰ ਦਾ ਨਾਮ ਬਾਬਾ ਰਾਮ ਰਾਏ ਸਾਹਿਬ ਜੀ ਹੈ ਪਰ ਬਾਬਾ ਰਾਮ ਰਾਏ ਜੀ ਦਿੱਲੀ ਗਏ ਸਨ ਔਰੰਗਜ਼ੇਬ ਦੇ ਕੋਲ ਉਹਨਾਂ ਨੇ ਕਈ ਕਈ ਮਾਤਾਂ ਪਾਈਆਂ ਅਤੇ ਇਹ ਇਹ ਵੀ ਬਣੀ ਬਣਿਆ ਸੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਜਿਹੜਾ ਵਚਨ ਹੈ ਉਹ ਇਸ ਤਰ੍ਹਾਂ ਦਾ ਨਹੀਂ ਇਸ ਤਰ੍ਹਾਂ ਹੈ ਗੁਰੂ ਦਾ ਬੜਾ ਬਚਨ ਦਿੱਤਾ ਸੀ ਮਿੱਟੀ ਮਿੱਟੀ ਸਨਮਾਨ ਕੀ ਤੇ ਟੇੜੇ ਪੈ ਪਿਆਰ ਉਸ ਨੂੰ ਮਿੱਟੀ ਬਈ ਮਾਈ ਮਾਈ ਤੇ ਸਤਿਗੁਰੂ ਇਸ ਨੂੰ ਜਨ ਜਨ ਰਾਜ ਹੋ ਗਏ ਸਨ ਸਨ ਤੇ ਗੁਰੂ ਹਰ ਰਾਏ ਸਾਹਿਬ ਨੇ ਆਖਿਆ ਸੀ ਕਿ ਰਾਮ ਰਾਏ ਜੀ ਆਈ ਤੋਂ ਬਾਅਦ ਬਾਦ ਬਾਦ ਸਰੀਰ ਕਰਕੇ ਅਰੇ ਛੱਡਿਆ ਹੀ ਛੱਡਿਆ ਅਸੀਂ ਤੁਹਾਨੂੰ ਆਈ ਤੋਂ ਬਾਅਦ ਬਾਦ ਬਾਦ ਕਰਕੇ ਅਰੇ ਛੱਡਿਆ ਤੁਹਾਡਾ ਕਦੇ ਕਦੇ ਖਿਆਲ ਸਾਡੇ ਮਨ ਵਿੱਚ ਵੀ ਨਹੀਂ ਆਇਆ ਕਿ ਤੁਸੀਂ ਸਾਡੇ ਕਦੇ ਮੱਥੇ ਮੱਥੇ ਭਾਵੇਂ ਕਿ ਅਸੀਂ ਅਸੀਂ ਵੀ ਛੱਡ ਜਾਣਾ ਹੈ ਸਾਡਾ ਆਤਮ ਸੰਸਕਾਰ ਕਰ ਦੇਗਾ ਪਰ ਕੋਈ ਸਾਡਾ ਸਾਡਾ ਪੁੱਤਰ ਧੰਨ ਗੁਰੂ ਹਰ ਹਰ ਪਾਤਸ਼ਾਹੀ ਕਰਨਗੇ ਤੂੰ ਸਾਡੇ ਸਾਡੇ ਛੱਡ ਛੱਡ ਤੋਂ ਵੀ ਸਾਡੇ ਸਾਡੇ ਆਇਆ ਇਹ ਬਚਨ ਗੁਰੂ ਹਰ ਹਰ ਪਾਤਸ਼ਾਹ ਉਸ ਵੇਲੇ ਵੇਲੇ ਬਖਸ਼ਿਸ਼ ਕਰ ਦਿੱਤੀ ਅਤੇ ਸਾਰੀ ਸਾਰੀ ਇਸ ਤਰ੍ਹਾਂ ਆਪਣੇ ਪੰਜ ਪੰਜ ਸਰੀਰ ਉਸ ਵੇਲੇ ਕੀਰਤਪੁਰ ਸਾਹਿਬ ਸਾਹਿਬ ਮਹਾਰਾਜ ਜੋਤੀ ਜੋਤੀ ਅੱਜ ਗੁਰੂ ਹਰ ਰਾਏ ਸਾਹਿਬ ਸਾਹਿਬ ਦਾ ਜੁਗਾ ਜੁਗਾ ਗੁਰੂਤਵ ਹੈ ਅਤੇ ਅੱਜ ਗੁਰੂ ਹਰ ਹਰ ਪਾਤਸ਼ਾਹ ਜੀ ਦਾ ਗੁਰਤਾ ਗਤੀ ਵੀ ਹੈ ਅੱਜ ਦੇ ਜਿਹੜੇ ਪਾਤਸ਼ਾਹ ਮਹਾਰਾਜ ਜੀ ਗੁਰਤਾ ਗਤੀ ਵਿਰਾਜ ਸਤਿਗੁਰੂ ਰਹਿਮ ਰਹਿਮ ਸਾਡਾ ਮੱਖਣ ਸ਼ਾਹ ਅਤੇ ਫਿਰ ਅਤੇ ਗੁਰੂ ਤੇਗ ਬਹਾਦਰ ਕਿਹੜੇ ਕਿਹੜੇ ਬੜੇ ਬਚਨ ਕਰਨਗੇ ਕੱਲ ਦੇ ਕਰਾਂਗੇ ਲੇਖਾ ਕਹਿ ਬਖਸ਼ਣ ਵਾਹਿ 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 ਵਾਹਿ।